ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਡੋਕ, ਇਹ ਪਿੰਡ ਬਿਲਕੁਲ ਇਹਦੇ ਨਾਲ ਦਾ ਪਿੰਡ ਸੁੱਖਣ ਵਾਲਾ, ਦੂਜੇ ਪਾਸੇ ਸੀਰ ਵਾਲੀ ਹੈ। ਇਹਨੂੰ ਜ਼ਿਲ੍ਹਾ ਜਿਹੜਾ ਪੈਂਦਾ ਉਹ ਸ੍ਰੀ ਮੁਕਤਸਰ ਸਾਹਿਬ ਹੈ, ਲਾਸਟ ਪਿੰਡ ਹੈ ਇਸ ਸਾਈਡ 'ਤੇ ਮੁਕਤਸਰ ਦਾ, ਕਿਉਂਕਿ ਇੱਦੋਂ ਅੱਗੇ ਸੁੱਖਣ ਵਾਲਾ ਫਰੀਦਕੋਟ 'ਚ ਰਹਿ ਜਾਂਦਾ। ਜਿਹੜੇ ਘਰ 'ਚ ਵੀਡੀਓ ਬਣਾ ਰਹੇ ਹਾਂ, ਦੱਸੋ ਬਾਈ ਦਾ ਇੱਕ ਫਾਰਮ ਹੈ ਪਿੰਡ ਦੇ ਵਿਚਾਲੇ ਇਹਨਾਂ ਦੀ ਜਗ੍ਹਾ, ਪਰ ਜਗ੍ਹਾ ਖੁੱਲ੍ਹੀ ਹੋਣ ਕਰਕੇ ਇੱਥੇ ਬਾਈ ਨੇ ਇੱਕ ਜਿਹੜਾ ਫਾਰਮ ਦਾ ਸ਼ੈੱਡ ਤਿਆਰ ਕਰ ਲਿਆ, ਉੱਪਰੋਂ ਤੁਸੀਂ ਦੇਖ ਸਕਦੇ ਹੋ। ਸੋ ਇਸ ਸ਼ੈੱਡ ਦੇ ਵਿੱਚ ਬਹੁਤ ਸਾਰੇ ਨਾਗ ਹੈ, ਜਿਨ੍ਹਾਂ ਦੇ ਵਿੱਚ ਪਰਲੇ ਪਾਸੇ ਤੁਹਾਨੂੰ ਹੀਫਰ ਦਿਸਦੀਆਂ ਹੋਣਗੀਆਂ ਅਤੇ ਉਰਲੇ ਪਾਸੇ ਗਾਵਾਂ ਜਿਹੜੀਆਂ ਦੁੱਧ ਵਾਲੀਆਂ, ਕਿਉਂਕਿ ਜਗ੍ਹਾ ਪਿੰਡ ਦੇ ਵਿੱਚ ਹੈ ਤਾਂ ਇੱਥੇ ਬਾਈ ਨੇ ਇੱਥੇ ਜਿਹੜੇ ਪਸ਼ੂ ਰੱਖੇ ਉਹ ਲਿਮਿਟਡ ਹੀ ਰਹਿਣਗੇ, ਇਹਨਾਂ ਦੀ ਇੱਕ ਲਿਮਿਟ ਰਹੂਗੀ, ਬਹੁਤੇ ਜ਼ਿਆਦਾ ਗਾਂ ਵਧਾਏ ਨਹੀਂ ਜਾ ਸਕਦੇ। ਉਹਦੇ ਕਰਕੇ ਅੱਜ ਚਾਰ ਗਾਵਾਂ ਤੋਕੜ ਗੱਭਣ ਦੁੱਧ ਵੀ ਦਿੰਦੀਆਂ, ਬਾਕੀ ਕੀ ਕੰਡੀਸ਼ਨ ਹੈ ਕੀ ਡਿਟੇਲ ਉਹ ਬਾਈ ਆਪਾਂ ਨੂੰ ਦੱਸ ਦਿਓ। ਅਤੇ ਇਹਨਾਂ ਤੋਂ ਬਿਨਾਂ ਇੱਕ ਹੀਫਰ ਪਹਿਲੇ ਸੂਏ ਵਾਸਤੇ ਗੱਭਣ, ਉਹ ਵੀ ਫੋਰ ਸੇਲ ਆ, ਪਰਲੇ ਪਾਸੇ ਤੁਹਾਨੂੰ ਖੜੀ ਦਿਸਦੀ ਹੋਣੀ ਕੰਨੀ ਦੇ ਉੱਤੇ। ਸੋ ਆਪਾਂ ਇਹਨਾਂ ਪੰਜ ਪਸ਼ੂਆਂ ਬਾਰੇ ਗੱਲਬਾਤ ਕਰਾਂਗੇ, ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ। ਜਿਹੜਾ ਨਾਗ ਜੱਚ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਦੋਸਤੋ, ਅਤੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ। ਆਓ ਮਿਲੀਏ ਵੀਰ ਨੂੰ, ਆਪਾਂ ਡਿਟੇਲ ਪੁੱਛਦੇ ਹਾਂ ਫਿਰ ਇਹ ਤੋਰਾਂਗੇ। ਲਵਪ੍ਰੀਤ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਲਵਪ੍ਰੀਤ, ਅੱਜ ਇਸ ਫਾਰਮ 'ਚੋਂ ਆਪਾਂ ਵੀਡੀਓ ਬਣਾ ਰਹੇ ਹਾਂ। ਹਾਂਜੀ ਬਾਈ। ਤੇ ਚਾਰ ਨਾਗ ਜਿਹੜੇ ਇੱਧਰ ਦੁੱਧ ਦਿੰਦੀਆਂ ਗਾਵਾਂ ਗੱਭਣ ਦੇ, ਆਪਾਂ ਵਿੱਚ ਠੀਕ ਹੈ। ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਦਿਖਾਉਣੀ ਆਪਾਂ ਵੀਰ ਕੋਲ ਹੀ ਫਿਰਦਾ, ਕਿੰਨਵੇਂ ਸੂਆ ਸੂਈ ਵੀ ਹੈ, ਕਿੰਨਵੇਂ ਵਾਸਤੇ ਗੱਭਣ ਅੱਗੇ? ਤੀਜੇ ਸੂਏ ਵਾਸਤੇ ਗੱਭਣ ਆ, ਦੂਜੇ ਸੂਏ ਸੂਈ ਵੀ ਹੈ ਤੇ ਸਾਢੇ ਪੰਜਾਂ ਮਹੀਨੇ ਦੀ ਗੱਭਣ ਹੈ। ਸਾਢੇ ਪੰਜਾਂ ਦੀ ਗੱਭਣ ਆ ਦੁੱਧ, ਹੁਣ ਕਿੰਨੇ? 16 ਤੋਂ 17 ਕਿਲੋ ਦੁੱਧ ਬਾਈ। 16-17 ਕਿਲੋ ਦੋਨਾਂ ਟਾਈਮਾਂ ਦਾ ਦੁੱਧ ਦੇ ਰਹੀ ਹੈ, ਠੀਕ ਹੈ। ਕੀ ਡਿਮਾਂਡ ਰਹੂਗੀ ਲਵਪ੍ਰੀਤ ਬਾਈ? ਡਿਮਾਂਡ ਇਹਦੀ 1,10,000 ਹੈ ਜੀ। 1,10,000 ਤੋਰ ਦਈਏ ਬਾਈ ਇਹਨੂੰ। ਸੀਮਨ ਜਿਹੜਾ ਇਹਦੇ ਲੱਗਾ ਹੈ ਉਹਦੀ ਡਿਟੇਲ ਹੋਊਗੀ, ਸਾਰੇ ਆ ਦਾ ਹੈਗਾ ਹੀ ਟੋਟਲ ਦਿੰਨੀਆਂ ਆਪਣੇ ਕੋਲੇ, ਠੀਕ ਹੈ। ਜਿਹੜੀ ਅਗਲੇ ਨੂੰ ਪਸੰਦ ਆਊਗੀ ਉਹਦਾ ਆਪਾਂ ਰਿਕਾਰਡ ਉਹਨੇ ਦੱਸ ਦਾਂਗੇ। ਓਕੇ। ਸੋ ਦੱਸੋ ਇਹ 16 ਕਿਲੋ ਦੁੱਧ ਦੇ ਰਹੀ ਹੈ ਤੇ 5.5 ਮਹੀਨਿਆਂ ਦੀ ਗੱਭਣ 'ਚ ਇੱਕ ਪਾਸ ਹੈ। ਸੀਮਨ ਜਿਹੜਾ ਲੱਗਾ ਉਹਦੀ ਡਿਟੇਲ ਤੁਹਾਨੂੰ ਮਿਲ ਜੂਗੀ। 1,10,000 ਇਹਦਾ ਰੇਟ ਬਾਈ ਨੇ ਰੱਖਿਆ। ਹਵਾਨਾ ਤੁਸੀਂ ਦੇਖ ਸਕਦੇ ਹੋ, ਕਿਉਂਕਿ ਮੈਂ ਸੁਬਹਾ ਵੀਡੀਓ ਬਣਾ ਰਿਹਾ, ਲਗਭਗ ਟਾਈਮ 9:30 ਦਾ ਹੋਊਗਾ ਇਸ ਟਾਈਮ, ਬਸ ਬੰਨਦੇ ਬਾਈ। ਸੋ ਇਹ ਗਾਂ ਦੱਸੋ ਪਹਿਲੇ ਨੰਬਰ ਤੇ, ਇਹ ਤੋਂ ਬਿਨਾਂ ਅੱਗੇ ਇੱਕ ਹੋਰ ਵਹਿੜ ਜਿਹੜੀ ਉਹ ਗੱਭਣ ਆ ਉਹਦੀ ਵੀ ਜਾਣਕਾਰੀ ਬਾਈ ਤੋਂ ਲੈਂਦੇ ਹਾਂ। ਲਵਪ੍ਰੀਤ ਬਾਈ, ਇਦੋਂ ਅੱਗੇ ਜਿਹੜੀ ਗਾਂ ਗੱਭਣ ਹੈ, 5.5 ਮਹੀਨੇ ਦੀ ਬਾਈ ਇਹ ਗੱਭਣ ਆ। ਤੇ ਇਸ ਟਾਈਮ ਇਹ ਦੁੱਧ ਹੋਊਗਾ 12-13 ਕਿਲੋ। 12-13 ਕਿਲੋ ਦੁੱਧ ਹੈ, ਠੀਕ ਹੈ। ਕੀ ਰੇਟ ਰਹੂਗਾ ਇਹਦਾ ਬਾਈ? 16 ਕਿਲੋ ਦੁੱਧ ਆ ਬਾਈ। 16 ਕਿਲੋ ਇਹਦੇ ਥੱਲੇ, 16 ਕਿਲੋ ਇਹਦਾ ਰੇਟ ਕੀ ਰਹਿਣਾ ਬਾਈ? 1,10,000 ਇਹਦਾ ਮੁੱਲ ਹੈ ਜੀ, ਠੀਕ ਹੈ। ਸੋ ਦੋਸਤੋ 1,10,000 ਇਹਦਾ ਰੇਟ, ਇਹ ਵੀ 5.5 ਮਹੀਨਿਆਂ ਦੀ ਗੱਭਣ 'ਚ ਇੱਕ ਪਾਸ, ਚੰਗੇ ਕੱਦ ਕਾਠ ਦੀ ਵਹਿੜ ਹੈ, ਦੁੱਧ 16 ਕਿਲੋ, 5.5 ਦੀ 'ਚ ਇੱਕ ਪਾਸ ਹੈ, ਰੇਟ ਇਹਦਾ ਵੀ 1,10,000 ਹੈ। ਸੋ ਇਹ ਦੋ ਗਾਵਾਂ ਜਿਹੜੀਆਂ ਸੇਮ ਰੇਟ ਤੇ ਸੇਮ ਦੁੱਧ, ਸੇਮ ਜਿਹੀਆਂ ਹੀ ਇਹ ਗੱਭਣ ਹੈ। ਸੋ ਇਹ ਤੁਹਾਨੂੰ ਦੋ ਗਾਵਾਂ ਇੱਧਰੋਂ ਦਿਖਾਤੀਆਂ ਦੋਸਤੋ, ਇਹ ਤੋਂ ਬਿਨਾਂ ਦੋ ਗਾਵਾਂ ਹੋਰ ਦਿਖਾਉਣੇ। ਲਵਪ੍ਰੀਤ, ਇਹ ਵੈਸੇ ਮਤਲਬ ਇੱਥੇ ਸੱਜਰ ਪਾਉਣ ਦਾ ਇਰਾਦਾ ਪਸ਼ੂ ਆਪਣੇ ਆ ਜੀ, ਉਹ ਭਰਨੀਆਂ ਸਾਰੀਆਂ ਹੀ ਭਰੇ, ਹਾਂ ਤਕਰੀਬਨ ਸਾਰੀਆਂ ਗੱਭਣ ਹੈ 6-6 ਮਹੀਨੇ ਦੀਆਂ। ਅੱਛਾ, ਮੰਨ ਲਓ ਜਗ੍ਹਾ ਹੈ ਨਹੀਂ, ਹੁਣ ਉਹ ਇੱਧਰ ਆਉਣਗੀਆਂ ਤੇ ਫਿਰ ਸਹੀ ਹੈ, ਜਗ੍ਹਾ ਦੀ ਦਿੱਕਤ ਆਊਗੀ, ਠੀਕ ਹੈ। ਸੋ ਦੋਸਤੋ ਇਸ ਸਾਈਡ ਤੋਂ ਦੋ ਗਾਵਾਂ ਹੋਰ ਵਿਕਾਊ ਹੈ ਬਾਈ। ਜਿਹੜੀ ਇਹ ਗਾਂ ਬਾਈ ਇਹਦੇ ਕੋਲ ਖੜਾ, ਕਿੰਨੇ ਚਿਰ ਦੀ ਗੱਭਣ ਹੈ ਇਹ ਬਾਈ? 6 ਮਹੀਨੇ ਤੋਂ ਉੱਪਰ ਆ ਗੱਭਣ, ਠੀਕ ਹੈ। ਤੇ ਬੁੱਢੋ ਮੰਨ ਲਓ ਡਰਾਈ ਹੋਈ ਜਾਂਦੀ ਹੈ ਹਜੇ, ਠੀਕ ਹੈ, ਡਰਾਈ ਵਾਲਾ ਹਿਸਾਬ ਹੀ ਆ, ਠੀਕ ਹੈ। ਇਹਦਾ ਰੇਟ ਕੀ ਰਹਿਣਾ ਬਾਈ? ਮੁੱਲ 1,00,000 ਰੁਪਏ ਦਾ ਜੀ। 1,00,000 ਰੁਪਇਆ ਡਿਮਾਂਡ ਆ ਦੱਸੋ। 6 ਮਹੀਨਿਆਂ ਤੋਂ ਉੱਤੇ ਗੱਭਣ ਹੈ, ਦੁੱਧੋਂ ਇਹਨੂੰ ਡਰਾਈ ਕਰਨਾ ਸ਼ੁਰੂ ਕਰਤਾ, ਤੋ ਤੁਸੀਂ ਖਾਣ ਪਾਸ ਕਰਾਊਗੀ, ਹਾਲਾਂਕਿ ਹਵਾਨੇ 'ਚ ਦੁੱਧ ਅੱਜ ਵੀ ਦਿਸਦਾ, ਪਰ
ਤੁਸੀਂ ਇਹਨੂੰ ਚੋਕੇ ਸਨ ਪਾਸ ਕਰ ਲਓਗੇ ਦੁੱਧ ਇਹਦਾ ਤੁਸੀਂ ਅਗਲੇ ਸੂਏ ਦੇ ਵਿੱਚ ਦੇਖੋਗੇ ਵੀ ਇਹ ਕਰ ਬਣ ਸਾਰੀਆਂ ਗਾਂਦਾਂ ਦੇ 30 ਪਲੱਸ ਹੀ ਠੀਕ ਹੈ 30 32 35 ਵਾਲੀਆਂ ਠੀਕ ਹੈ ਸਰ ਦੋਸਤੋ 30 ਪਲੱਸ ਵਾਲੀਆਂ ਗਾਵਾਂ ਬਾਈ ਕਹਿੰਦਾ ਤੁਸੀਂ ਇਹਦੇ ਥਣ ਦੇਖ ਸਕਦੇ ਹੋ ਤੁਸੀਂ ਢਾਂਚਾ ਇਹਦਾ ਦੇਖ ਸਕਦੇ ਹੋ 1 ਲੱਖ ਰੁਪਇਆ ਡਿਮਾਂਡ ਹੈ 6 ਮਹੀਨਿਆਂ ਤੋਂ ਉੱਤੇ ਇਸ ਟਾਈਮ ਇਹ ਗੱਬਣ ਚੈੱਕ ਪਾਸ ਹੈ ਸੋ ਦੋਸਤੋ ਇਹ ਦੁੱਧੋਂ ਹੁਣ ਬਾਈ ਕਹਿੰਦਾ ਵੀ ਇਹਨੂੰ ਡਰਾਈ ਕਰਨਾ ਸ਼ੁਰੂ ਕਰਤਾ ਤੋ ਇਹ ਗਾਂ ਫੋਰ ਸੇਲ ਹੈ ਇਹ ਤੋਂ ਬਿਨਾਂ ਇੱਕ ਹੋਰ ਗਾਂ ਬਾਈ ਖੋਲ ਰਿਹਾ ਬਾਈ ਇਹਦੀ ਕੀ ਡਿਟੇਲ ਹੈ ਇਹ ਬਾਈ 6.5 ਮਹੀਨਿਆਂ ਦੀ ਗੱਬਣ ਹੈ ਠੀਕ ਹੈ ਤੇ ਮੰਨ ਲਓ ਸੱਜਰ ਦਾ ਰਿਕਾਰਡ ਸੀਗਾ 35-38 ਕਿਲੋ ਦੇ ਵਿੱਚ ਵਿੱਚ ਰਹੀ ਹੈ ਮੰਨ ਲਓ 35-38 ਕਿਲੋ ਹਾਂ ਹੁਣ ਮੰਨ ਲਓ ਇਹ 1-2 ਡਾਂਗ ਹੋਰ ਚੋਗੇ ਡਰਾਈ ਕਰਨੀ ਸ਼ੁਰੂ ਕਰਨੀ ਹੈ ਇਹ ਠੀਕ ਹੈ ਤੇ ਇਹਦਾ ਜਿਹੜਾ ਮੁੱਲ ਆ ਉਹ 1,30,000 ਰੁਪਏ 1,30,000 ਮੁੱਲ ਹੈ ਸੋ ਦੱਸੋ ਦੁੱਧੋਂ ਹੁਣ ਇਹ ਸੀਮਨ ਲੱਗਿਆ ਹੋਇਆ ਬਾਈ ਅੱਛਾ ਇਹ 66 ਲੱਗਾ ਹੋਵੇ ਠੀਕ ਹੈ ਸੀਮਨ ਦੀ ਡਿਟੇਲ ਤਾਂ ਸਾਰੀਆਂ ਗਾਵਾਂ ਦੀ ਮਿਲ ਜਾਣੀ ਪਰ ਟੋਟਲ ਸਾਰੀਆਂ ਦੀ ਹੈਗੀ ਠੀਕ ਹੈ ਇਹਦਾ ਆਪਦਾ ਵੀ ਪੂਰਾ ਰਿਕਾਰਡ ਆਪਣੇ ਕੋਲ ਪਿਆ ਹੈ ਠੀਕ ਹੈ ਸੋ ਦੱਸੋ ਵੱਡੇ ਕੱਦ ਕਾਰ ਦੀ ਇਹ ਵੈਡ ਸਣ ਹੱਥੀ ਚਵਾਈ ਵਾਲਾ ਹਾਲਾਂਕਿ ਫਾਰਮ ਦੇ ਵਿੱਚ ਤਾਂ ਮਿਲਕਿੰਗ ਮਸ਼ੀਨ ਨਾਲ ਚਵਾਈ ਹੁੰਦੀ ਹੈ ਲਿਆ ਬਈ ਬੰਨ ਦੇ ਭਾਵੇਂ ਹਵਾਨੇ ਦੇ ਨਾੜਾਂ ਬਹੁਤ ਚੰਗੀਆਂ ਦੱਸੋ ਦੁੱਧੋਂ ਇਸ ਟਾਈਮ ਲਗਭਗ ਤੁਸੀਂ ਇਹਨੂੰ ਡਰਾਈ ਮੰਨ ਲਓ ਕਿਉਂਕਿ 1-2 ਡਾਂਗੀ ਬਾਈ ਕਹਿੰਦਾ ਹੋਰ ਚੋਵਾਂਗੇ ਇਹਨੂੰ ਇਹ ਡਰਾਈ ਹੋ ਚੁੱਕੀ ਹੈ ਤੁਸੀਂ ਹਵਾਨੇ ਦੇ ਉੱਤੇ ਨਾੜਾਂ ਇਸ ਸਾਈਡ ਤੋਂ ਦੇਖ ਸਕਦੇ ਹੋ ਢਾਂਚਾ ਵੱਡਾ ਹੈ ਰੰਗ ਸੋਹਣਾ ਹੈ ਹਾਈਟ ਲੈਂਥ ਵਾਲੀ ਇਹ ਵੈੜ ਆਪਦੀਆਂ ਹੀਫਰ ਵਹਿੜਾਂ ਬਾਈ ਕਹਿੰਦਾ ਵੀ ਇੱਧਰ ਗੱਭਣ ਹੋ ਕੇ ਆ ਰਹੀਆਂ ਉਹਦੇ ਕਰਕੇ ਫਿਰ ਇੱਥੇ ਜਗ੍ਹਾ ਤੰਗ ਹੋ ਜਾਣੀ ਹੈ ਤਾਂ ਇਹ ਤੋਕੜ ਗੱਭਣ ਗਾਵਾਂ ਕੁਛ ਵਕਾਊ ਵੀਰ ਨੇ ਕੀਤੀਆਂ ਸੋ ਇਹ ਇਸ ਸਾਈਡ ਦੇ ਪਸ਼ੂ ਸੀਗੇ ਜਿਹੜੀਆਂ ਗਾਵਾਂ ਤੋਕੜ ਗੱਭਣ ਇਹਨਾਂ ਤੋਂ ਬਿਨਾਂ ਦੱਸੋ ਇੱਕ ਹੀਫਰ ਵੀ ਗੱਭਣ ਹੈ ਜਿਹੜੀ ਦਿਖਾਉਣੀ ਤੁਹਾਨੂੰ ਸੋ ਦੱਸੋ ਇਸ ਸਾਈਡ ਦੇ ਉੱਤੇ ਇੱਕ ਹੀਫਰ ਹੈ ਜਿਹੜੀ ਗੱਭਣ ਬਈ ਇਹ ਦੰਦੋ ਕਿਵੇਂ ਵੈਣ ਦੰਦੋ ਬਈ ਚੌਗੀ ਹੈ ਠੀਕ ਹੈ ਤੇ 5.5 ਮਹੀਨੇ ਤੋਂ ਪਲੱਸ ਹੀ ਆ ਮੰਨ ਲਓ ਗੱਭਣ ਠੀਕ ਹੈ ਤੇ 44-32 ਦੀ ਆਪ ਆ ਤੇ ਸਨੋਮੈਨ ਦਾ 66 ਸੀਮਨ ਲੱਗਿਆ ਵੀਰੇ ਸਨੋਮੈਨ ਦਾ 66 ਸੀਮਨ ਕਿੰਨੇ ਚਿਰ ਦੀ ਗੱਭਣ ਦੱਸਿਆ ਇਹ 5.5 ਤੋਂ ਪਲੱਸ ਹੈ 5.5 ਤੋਂ ਪਲੱਸ ਠੀਕ ਹੈ ਅੱਛਾ ਕੀ ਰੇਟ ਰਹੂਗਾ ਬਈ ਇਹਦਾ ਰੇਟ ਹੈ 90,000 ਰੁਪਏ 90,000 ਬਈ ਵਿੱਚ ਵੜ ਕੇ ਪਰਾਂ ਨੂੰ ਹੱਕਦੀ ਸੋ ਦੱਸੋ ਇਹ ਵੈੜ ਵੈਸੇ ਹੀ ਤੁਹਾਨੂੰ ਦਿਖਾ ਦਿੰਦਾ ਇੱਥੇ ਫਾਰਮ 'ਚ ਫਿਰਦੀ ਹੈ ਦੁੱਧ ਲਾਉਂਦੀ ਆਉਂਦੀ ਹੈ ਡਿਟੇਲ ਸੀਮਨ ਦੀ ਸਾਰੀ ਦੱਸਦੀ ਹੈ 90,000 ਦਾ ਰੇਟ 4 ਦੰਦ ਹੈ ਠੀਕ ਹੈ ਬਈ ਓਕੇ ਸੋ ਇਹ ਦੱਸੋ ਇਸ ਸਾਈਡ ਦੀਆਂ ਵੈਸੇ ਤੁਹਾਨੂੰ ਹੀਫਰ ਦਿਖਾ ਦਿਆਂ ਵੀ ਹੋਰ ਵੀ ਬਾਈ ਕੋਲ ਜਿਹੜੀਆਂ ਇੱਧਰ ਗੱਭਣ ਹੈ ਸੂਣ ਦੇ ਨੇੜ ਹੀ ਹੈ ਇਹਨਾਂ ਦੇ ਨੱਕ 'ਚ ਜਿਹੜੇ ਪਾਤੇ ਸੀ ਇਸ ਕਰਕੇ ਪਾਤੇ ਵੀ ਇਹ ਦੁੱਧ ਲਾਈ ਆਉਂਦੀਆਂ ਤੇ ਇੱਕ ਦੂਜੀ ਦੇ ਥਣਾਂ ਨੂੰ ਦੁੱਧ ਜਿਹੜਾ ਉਹ ਥਣਾਂ ਨੂੰ ਮੂੰਹ ਮਾਰਦੀਆਂ ਸੀ ਉਹਦੇ ਕਰਕੇ ਬਾਈ ਨੇ ਇਹ ਪਾਏ ਹੋਏ ਆ ਇਹ ਹੀਫਰ ਦੁੱਧ ਤੇ ਆ ਜਾਣੀਆਂ ਤੇ ਉਦੋਂ ਬਾਅਦ 'ਚ ਇਸ ਸਾਈਡ ਦੇ ਉੱਤੇ ਚਲੀਆਂ ਜਾਣੀਆਂ ਵੱਛੀਆਂ ਜਿਹੜੀਆਂ ਕਾਫ ਦੀ ਮੈਨੇਜਮੈਂਟ ਵਾਸਤੇ ਇਹ ਪੋਰਸ਼ਨ ਵੱਖਰਾ ਬਾਈ ਨੇ ਰੱਖਿਆ ਹੋਇਆ ਤੇ ਦੁੱਧ ਵਾਲੀਆਂ ਗਾਵਾਂ ਦਾ ਇਹ ਪੋਰਸ਼ਨ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇਹਦੇ 'ਚੋਂ 4 ਗਾਵਾਂ ਤੋਕੜ ਗੱਭਣ ਦੁੱਧ ਵਾਲੀਆਂ ਜਿਹੜੀਆਂ ਵਕਾਊ ਆ ਬਾਕੀ ਨਾਗ ਜਿਹੜੇ ਉਹ ਘਰੇ ਰੱਖੇ ਹੋਏ ਆ ਫਾਰਮ ਦੀ ਜੇ ਗੱਲ ਕਰਦੇ ਹਾਂ ਦੱਸੋ ਤਾਂ ਬਾਹਰਲੇ ਪਾਸੋਂ ਇੱਧਰ ਦੀ ਸਾਇਲੇਜ ਵਗੈਰਾ ਪਾਉਣ ਵਾਸਤੇ ਬਾਈ ਨੇ ਓਪਨ ਰਸਤਾ ਛੱਡਿਆ ਹੋਇਆ ਤੇ ਇਹਦੇ ਵਿਚਾਲੇ ਜਿਹੜਾ ਇੱਧਰਲੇ ਪਾਸੇ ਇਹ ਇਹਨਾਂ ਦੀ ਖੁਰਨੀ ਹੈ ਉੱਪਰ ਸ਼ੈੱਡ ਪਾਇਆ ਹੋਇਆ ਤੋ ਇੱਥੇ ਇੱਕ ਛੋਟਾ ਸਮਾਲ ਸੋਹਣਾ ਫਾਰਮ ਬਾਈ ਨੇ ਤਿਆਰ ਕੀਤਾ ਜਿਹਦੇ 'ਚ ਇਹ ਗਾਵਾਂ ਦੁੱਧ ਤੇ ਲੱਗੀਆਂ ਹੋਈਆਂ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਪਸ਼ੂ ਵਿਕਾਊ ਸੀ ਧੰਨਵਾਦ ਦੱਸੋ ਇਸ ਵੀਡੀਓ ਨੂੰ ਦੇਖਣ ਵਾਸਤੇ ਤੁਸੀਂ ਵਿਜਿਟ ਕਰ ਸਕਦੇ ਹੋ ਪਿੰਡ ਦੇ ਵਿੱਚ ਆ ਕੇ ਪਸ਼ੂ ਦੇਖਣਾ ਉਹਦੀ ਤਸੱਲੀ ਹਰੇਕ ਪੱਖ ਤੋਂ ਕਰਨੀ ਉਹ ਤੁਹਾਡਾ ਕੰਮ ਹੈ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ ਤੇ ਤੁਸੀਂ ਸੰਪਰਕ ਬਣਾਉਣਾ ਦੁੱਧੋਂ ਇਹਨਾਂ ਨੂੰ ਚੋਕੇ ਦੇਖ ਸਕਦੇ ਹੋ ਤੇ ਗੱਭਣਾਂ ਨੂੰ ਚੈੱਕ ਪਾਸ ਕਰਵਾਉਣਾ ਤੁਹਾਡਾ ਕੰਮ ਆ ਤੁਸੀਂ ਆਪਦਾ ਡਾਕਟਰ ਵੀਰ ਨਾਲ ਲੈਓ ਤੇ ਇੱਥੇ ਚੈੱਕ ਕਰਵਾ ਕੇ ਲੈ ਜਾਓ ਕਿਉਂਕਿ ਰੁੱਤ ਗਰਮੀ ਦੀ ਹੈ ਫਿਰ ਇੱਕ ਦੂਜੇ ਧਿਰ ਨਾਲ ਕੋਈ ਫਰਕ ਨਹੀਂ ਜਿਹੜਾ ਪੈਂਦਾ ਆਪਸ ਵਿੱਚ ਸੋ ਇਹ ਪਸ਼ੂ ਦੱਸੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ 5 ਨਾਗ ਤੁਹਾਨੂੰ ਦਿਖਾਤੇ ਆ 5 ਦੀ ਡਿਟੇਲ ਵੀ ਦੱਸਦੀ ਹੈ ਬਾਕੀ ਸੀਮਨ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਕਾਲ ਕਰਿਓ ਜੇ ਸਾਰੀਆਂ ਦੀ ਡਿਟੇਲ ਮਿਲ ਜੂਗੀ ਇਹ ਕਿਹੜੇ ਕਿਹੜੇ ਸੀਮਨ ਤੋਂ ਗਾਵਾਂ ਜਿਹੜੀਆਂ ਉਹ ਗੱਭਣ ਸੋ ਮਿਹਰਬਾਨੀ ਦੱਸੋ ਅੱਜ ਦੀ ਵੀਡੀਓ ਫਿਲਹਾਲ ਇਸ ਫਾਰਮ ਦੇ ਵਿੱਚੋਂ ਸੀ ਜਿਹਦੇ 'ਚ ਬਹੁਤ ਸਾਰੇ ਨਾਗ ਬਾਈ ਹੋਰਾਂ ਨੇ ਵਿਕਰੀ ਵਾਸਤੇ
ਕੀਤੇ ਸੀਗੇ ਤੇ ਉਹ ਤੁਹਾਨੂੰ ਦਿਖਾ ਚੁੱਕਿਆ ਮੈਂ। ਧੰਨਵਾਦ।